ਜਮਾਤ 7ਵੀਂ ਪਾਠ 16 ਤਰਲੋਚਨ ਦਾ ਕਦ ਫਿਗਣੇ ਮਰੀਲ ਤਰਲੋਚਨ ਮਾਲੀ ਤੋਂ ਦੋਵੇਂ ਪਤੀ ਪਤਨੀ ਬੜੇ ਆਵਾਜ਼ਾਰ ਸਨ ਉਹ ਕੁਸਾਈਆਂ ਮਾਰਦਾ ਰਹਿੰਦਾ ਕੰਮ ਵਿੱਚ ਜਿਵੇਂ ਉਹਦਾ ਮਾਨੀ ਨਾ ਲੱਗਦਾ ਹੋਏ ਜਦੋਂ ਆਉਂਦਾ ਇੱਧਰ ਬੈਠ ਕੇ ਗੱਪ ਮਾਰਦਾ ਉੱਧਰ ਬੈਠ ਕੇ ਚਾਹ ਪੀਂਦਾ ਇਤਨੇ ਨੂੰ ਦੀ ਛੁੱਟੀ ਦਾ ਵੇਲਾ ਹੋ ਜਾਂਦਾ ਕਈ ਵਾਰ ਉਸਨੂੰ ਦੇਖਿਆ ਗਿਆ ਖੁਰਪੀ ਲੈ ਕੇ ਉਹ ਕਿਆਰੀ ਵਿੱਚ ਅੱਧਾ ਪੌਣਾ ਘੰਟਾ ਲਾ ਕੇ ਉੱਠਦਾ ਪਰ ਕਿਆਰੀ ਉਂਝ ਦੀ ਉਂਜੀ ਹੁੰਦੀ ਜੀ ਸਾਡੇ ਘਰ ਦਾ ਲਾਂਨ ਕੋਈ ਬਹੁਤਾ ਵੱਡਾ ਤਾਂ ਹੈ ਨਹੀਂ ਨਾ ਹੀ ਲਾਂਨ ਵਿੱਚ ਕੋਈ ਜ਼ਿਆਦਾ ਕੰਮ ਹੈ ਪਰ ਫਿਰ ਵੀ ਮਾਲੀ ਪਤਾ ਨਹੀਂ ਕਿਉਂ ਕੰਮ ਠੀਕ ਨਹੀਂ ਕਰਦਾ ਅਸੀਂ ਤਰਲੋਚਨ ਨੂੰ ਕੇਵਲ 2 ਘੰਟੇ ਫੁੱਲ ਵਾਲੇ ਪੌਦਿਆਂ ਦੀ ਬਿਜਾਈ ਗੋਡਾਈ ਤੇ ਕਟਾਈ ਆਦਿ ਦੇ ਕੰਮ ਕਰਨ ਲਈ ਨੌਕਰ ਰੱਖਿਆ ਸੀ ਸੋਚਿਆ ਸੀ ਸ਼ਾਮੀ 2 ਘੰਟੇ ਸਾਡੇ ਘਰ ਲਾਜਿਆ ਕਰੂ ਤੇ ਦਿਨੇ ਕਿਸੇ ਦਫ਼ਤਰ ਵਿੱਚ ਕੰਮ ਕਰਦਾ ਰਹੂ ਮੈਂ ਸੋਚਿਆ ਉਹਦੇ ਵੀ ਚਾਰ ਪੈਸੇ ਵਾਧੂ ਬਣ ਜਾਣਗੇ ਸਾਡਾ ਵੀ ਕੰਮ ਤੁਰਦਾ ਜਾਵੇਗਾ ਪਰ ਇੰਜ ਜਾਪਦਾ ਕਿ ਤਰਲੋਚਨ ਦਾਤੇ ਕੰਮ ਤੁਰ ਪਿਆ ਪਰ ਸਾਡਾ ਜਿਵੇਂ ਕੰਮ ਹੀ ਰੁਕ ਗਿਆ ਨਹੀਂ ਜੀ ਮੈਨੂੰ ਲੱਗਦਾ ਹੈ ਮਾਲੀ ਸਾਰਾ ਦਿਨ ਦਫ਼ਤਰ ਕੰਮ ਕਰਕੇ ਥੱਕ ਜਾਂਦਾ ਹੋਣਾ ਮੈਂ ਰਸੋਈਏ ਨੂੰ ਕਹਾਂਗੀ ਕਿ ਤਰਲੋਚਨ ਨੂੰ ਆਉਂਦੇ ਸਾਰ ਪਹਿਲਾਂ ਚਾਹ ਦੇ ਦਿਆ ਕਰੇ ਇੰਜ ਉਹ ਕੰਮ ਕਰਨ ਲਈ ਤਾਜ਼ਾ ਦਮ ਹੋ ਜਾਇਆ ਕਰੂਗਾ ਚਾਹ ਤਾਂ ਭਾਵੇਂ ਤਰਲੋਚਨ ਨੇ ਪੀਣੀ ਸ਼ੁਰੂ ਕਰ ਦਿੱਤੀ ਪਰ ਉਹਦੇ ਕੰਮ ਵਿੱਚ ਕੋਈ ਬਹੁਤਾ ਫਰਕ ਨਹੀਂ ਆਇਆ। ਪਰਿਵਾਰ ਵਾਲੇ ਘਰ ਵਿੱਚ ਇੱਕ ਫੁੱਲ ਤੱਕ ਖਿੜਿਆ ਵੇਖਣ ਲਈ ਸੈਕ ਗਏ ਸਨ। ਤਰਲੋਚਨ ਤੂੰ ਕੋਈ ਸਬਜ਼ੀ ਹੀ ਲਾ ਕੇ ਵੇਖ ਲੈ। ਫੁੱਲ ਤਾਂ ਤੇਰੇ ਕੋਲ ਕੋਈ ਖਿੜਾਇਆ ਨਹੀਂ ਜਾਂਦਾ। ਸਾਹਿਬ ਟੂਟੀ ਵਿੱਚ ਪਾਣੀ ਤਾਂ ਹੁੰਦਾ ਨਹੀਂ। ਕੋਈ ਕਰੇ ਤੇ ਕੀ ਕਰੇ? ਅਸੀਂ ਆਪਣੇ ਘਰ ਵਿੱਚ ਬੂਸਟਰ ਪੰਪ ਲਗਵਾ ਦਿੰਦੇ ਆਂ। ਫੇਰ ਤੈਨੂੰ ਪੌਦਿਆਂ ਨੂੰ ਪਾਣੀ ਦੇਣ ਦੀ ਕੋਈ ਦਿੱਕਤ ਹੀ ਨਹੀਂ ਆਵੇਗੀ। ਹਾਂਜੀ ਸਾਹਿਬ ਇਹ ਤੁਸੀਂ ਬਹੁਤ ਚੰਗਾ ਕੀਤਾ। ਹੁਣ ਤਾਂ ਪਾਣੀ ਦੀ ਕੋਈ ਕਮੀ ਨਹੀਂ ਤਰਲੋਚਨ ਹੁਣ ਤਾਂ ਪਾਣੀ ਦੀ ਵੀ ਘਾਟ ਪੂਰੀ ਹੋ ਗਈ ਪਰ ਆਪਣੇ ਬਗੀਚੀ ਵਿੱਚ ਕੋਈ ਫੁੱਲ ਨਹੀਂ ਖੜਿਆ ਸਾਹਿਬ ਮੈਂ ਕੀ ਕਰਾਂ ਇਹ ਜ਼ਮੀਨ ਹੀ ਕਲਰ ਵਾਲੀ ਏ ਜਿਹੜੀ ਖਾਦ ਅਸੀਂ ਮੰਗਾਂਦੇ ਹਾਂ ਉਹ ਨੀਰਾ ਕੂੜਾ ਹੀ ਹੈ ਮੈਂ ਕੀ ਕਰਾਂ ਸਾਹਿਬ ਤੇ ਸਾਹਿਬ ਜੀ ਜਿਹੜੇ ਬੀਜ ਤੁਸੀਂ ਮੰਗਾਏ ਸੀ ਨਾ ਉਹ ਵੀ ਕੋਈ ਚੰਗੀ ਕਿਸਮ ਦੇ ਬੀਜ ਨਹੀਂ ਹੈਗੇ ਸਾਹਿਬ ਜੀ ਹਰ ਰੋਜ਼ ਉਸ ਦੇ ਉੱਤਰ ਸੁਣ ਸੁਣ ਕੇ ਪਤੀ ਪਤਨੀ ਨੂੰ ਲੱਗਣ ਲੱਗਾ ਕਿ ਖਬਰ ਹੈ ਉਹ ਸੱਚਾ ਹੀ ਹੋਵੇ ਖਬਰ ਤੇਰਲੋਚਨ ਠੀਕ ਹੀ ਸੀ ਤੇ ਉਹ ਸਾਰੇ ਗਲਤ ਫਿਰ ਦੋਵੇਂ ਤ੍ਰਿਮਤ ਖਾਵੰਦ ਨੇ ਬਗੀਚੇ ਦੇ ਦੇਖਰੇਖ ਬਾਰੇ ਕੁਝ ਕਿਤਾਬਾਂ ਪੜ੍ਹੀਆਂ ਆਪ ਬਗੀਚੇ ਵਿੱਚ ਦਿਲਚਸਪੀ ਲੈਣ ਲੱਗ ਪਏ ਪਾਣੀ ਬਾਰੇ ਮਾਲੀ ਦੀ ਸ਼ਿਕਾਇਤ ਠੀਕ ਸੀ ਜ਼ਮੀਨ ਵੀ ਬੇਸ਼ੱਕ ਸ਼ੋਰੇ ਵਾਲੀ ਸੀ ਜਿਹੜੀ ਖਾਦ ਉਹਨਾਂ ਨੇ ਮੰਗਵਾਈ ਸੀ ਉਹ ਵੀ ਕੋਈ ਬਹੁਤੀ ਚੰਗੀ ਕਿਸਮ ਦੀ ਨਹੀਂ ਸੀ ਜਦੋਂ ਤੱਕ ਆਪ ਸਮਝ ਨਾ ਹੋਵੇ ਚੰਗੇ ਬੀਜ ਖਰੀਦੇ ਹੀ ਨਹੀਂ ਜਾ ਸਕਦੇ ਹੁਣ ਉਹਨਾਂ ਨੇ ਨਰਸਰੀਆਂ ਦੇ ਚੱਕਰ ਮਾਰ-ਮਾਰ ਕੇ ਪੌਦਿਆਂ ਦੀ ਚੰਗੀ ਤੋਂ ਚੰਗੀ ਪਨੀਰੀ ਖਰੀਦਣੀ ਸ਼ੁਰੂ ਕਰ ਦਿੱਤੀ। ਆਪਣੇ ਦੋਸਤਾਂ ਅਤੇ ਵਾਕਫਕਾਰਾਂ ਤੋਂ ਫੁੱਲਾਂ ਦੇ ਬੁੱਟੇ ਆਦ ਵੀ ਮੰਗਣੇ ਸ਼ੁਰੂ ਕਰ ਦਿੱਤੇ। ਜਿਉਂ-ਜਿਉਂ ਉਹ ਬਗੀਚੇ ਵਿੱਚ ਦਿਲਚਸਪੀ ਲੈਂਦੇ ਗਏ, ਉਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਕਿ ਮਾਲੀ ਦੀ ਵੀ ਦਿਲਚਸਪੀ ਦਿਨੋ-ਦਿਨ ਵੱਧ ਰਹੀ ਸੀ। ਹੁਣ ਉਹ ਘਟੋ-ਘਟ ਕੁਸਾਈਆਂ ਮਾਰਨੀਆਂ ਤਾਂ ਛੱਡ ਹੀ ਗਿਆ ਸੀ। ਓ ਯਾਰ, ਤੂੰ ਤਾਂ ਬਗੀਚਿਆਂ ਦੇ ਕੰਮ ਵਿੱਚ ਮਹਾਰਤ ਹਾਸਲ ਕੀਤੀ ਹੈ। ਮੈਨੂੰ ਵੀ ਕੋਈ ਅਜਿਹਾ ਢੰਗ ਤਰੀਕਾ ਦੱਸ ਜਿਸ ਨਾਲ ਮੇਰੇ ਬਗੀਚੇ ਦੇ ਵਿੱਚ ਵੀ ਸੁੰਦਰ ਤੇ ਵਧੀਆ ਫੁੱਲ ਲੱਗ ਸਕਣ ਯਾਰ ਮੇਰੇ ਖਿਆਲ ਚ ਤੇਰੇ ਬਗੀਚੇ ਦੀ ਮਿੱਟੀ ਜਿਆਦਾ ਵਧੀਆ ਨਹੀਂ ਐ ਤੇ ਮੈਂ ਤਾਂ ਦੇਖਿਆ ਤੇਰੇ ਘਰ ਦਾ ਕੋਠਾ ਕਾਫੀ ਖੁੱਲਾ ਹੈ ਤੂੰ ਉੱਪਰ ਬਣਾਤਾ ਬਗੀਚੀ ਕੋਠੇ ਤੇ ਓ ਯਾਰ ਪਰ ਛੱਤ ਤੇ ਬਗੀਚੀ ਇਹ ਕਿਵੇਂ ਬਣਾਈ ਜਾਵੇ ਤੂੰ ਹੀ ਮੈਨੂੰ ਇਸ ਬਾਰੇ ਦੱਸ ਤੂੰ ਐਂ ਕਰ ਸਭ ਤੋਂ ਪਹਿਲਾਂ ਫਰਸ਼ ਪੁੱਟ ਉਥੇ ਲੁਕ ਦੀ ਤਹਿਵਛਾ ਫੇਰ ਮਿੱਟੀ ਤੇ ਫੇਰ ਉਸ ਵਧੀਆ ਮਿੱਟੀ ਵਿੱਚ ਵਧੀਆ ਬੀਜ ਤੇ ਖਾਦ ਪਵਾਈ ਫੇਰ ਵੇਖੀ ਬਣਦੀ ਕਿਆਰੀ ਕੋਠੇ ਉੱਤੇ ਹੀ ਘਾਹ ਦਾ ਲਾਨ ਬਣਾਇਆ ਗਿਆ ਕੋਠੇ ਉੱਤੇ ਹੀ ਸਬਜ਼ੀ ਦੀਆਂ ਕਿਆਰੀਆਂ ਬਣਾਈਆਂ ਗਈਆਂ ਕੋਠੇ ਉੱਤੇ ਹੀ ਫੁੱਲਾਂ ਦੇ ਬੁੱਟੇ ਲਾਏ ਗਏ ਉਹਨਾਂ ਨੇ ਆਪਣੀ ਪਸੰਦ ਦੇ ਪੌਦਿਆਂ ਦੀਆਂ ਪਨੀਰੀਆਂ ਲਿਆ ਕੇ ਲਾਈਆਂ ਤਰਲੋਚਨ ਵੀ ਆਪਣੇ ਦੂਜੇ ਮਾਲੀਆਂ ਨਾਲ ਆਪਣੇ ਰਸੂਖ ਕਰਕੇ ਕਿਤੋਂ ਕੋਈ ਫੁੱਲਾਂ ਦੀ ਕਿਸਮ ਕਿਤੋਂ ਕੋਈ ਅਲੱਬ ਕੋਈ ਅਨੋਖਾ ਪੌਦਾ ਕੱਢ ਲਿਆਉਂਦਾ ਸਾਰਾ ਪਰਿਵਾਰ ਆਪਣਾ ਵੱਧ ਤੋਂ ਵੱਧ ਵੇਲਾ ਵਕਤ ਕੋਠੇ ਉਤਲੇ ਬਾਗੀਚੇ ਵਿੱਚ ਗੁਜ਼ਾਰਦਾ ਸਵੇਰੇ ਸ਼ਾਮ ਘਾਹ ਅਤੇ ਬਾਗੀਚੇ ਨੂੰ ਪਾਣੀ ਲਾਇਆ ਜਾਂਦਾ ਫੁੱਲਾਂ ਦੇ ਸਬਜ਼ੀਆਂ ਦੇ ਬੁੱਟਿਆਂ ਦੀ ਬੱਚਿਆਂ ਵਾਂਗੂ ਸਾਂਭ ਸੰਭਾਲ ਕੀਤੀ ਜਾਂਦੀ ਕਿਸ ਪੌਦੇ ਨੂੰ ਫੁੱਲ ਪੈ ਰਹੇ ਨੇ ਘਰ ਵਿੱਚ ਬਸ ਇਹੀ ਚਰਚਾ ਹੁੰਦੀ ਰਹਿੰਦੀ ਸੀ ਪਾਪਾ ਜੀ ਮੈਂ ਇੱਕ ਅੰਗਰੇਜ਼ੀ ਰਸਾਲੇ ਵਿੱਚ ਪੜ੍ਹਿਆ ਸੀ ਬਨਸਪਤੀ ਵਿੱਚ ਵੀ ਇਨਸਾਨਾਂ ਵਾਂਗ ਜਾਨ ਹੁੰਦੀ ਹੈ ਇਨਸਾਨਾਂ ਵਾਂਗ ਅਹਿਸਾਸ ਹੁੰਦੇ ਨੇ ਕਹਿੰਦੇ ਨੇ ਅਮਰੀਕਾ ਵਿੱਚ ਲੋਕੀ ਆਪਣੇ ਘਰਾਂ ਵਿੱਚ ਲਾਏ ਪੌਦਿਆਂ ਨਾਲ ਗੱਲਾਂ ਕਰਦੇ ਨੇ ਇਸ ਤਰ੍ਹਾਂ ਪੌਦਿਆਂ ਵਿੱਚ ਨਵੀਂ ਮਹਿਕ ਟੈਕ ਆ ਜਾਂਦੀ ਹੈ ਉਹ ਕਹਿੰਦੇ ਸੀ ਕਿ ਪੌਦੇ ਚੰਗਾ ਗਾਣਾ ਸੁਣ ਕੇ ਇਨਸਾਨਾਂ ਵਾਂਗ ਹੀ ਖੁਸ਼ ਹੁੰਦੇ ਨੇ ਉਹਨਾਂ ਦੇ ਮੂੰਹ ਤੇ ਰੌਣਕ ਆ ਜਾਂਦੀ ਹੈ ਹਾਂ ਪਾਪਾ ਜੀ ਮੈਂ ਵੀ ਸੁਣਿਆ ਸੀ ਕਿ ਫੁੱਲਾਂ ਦਾ ਆਕਾਰ ਵੀ ਇਸ ਤਰ੍ਹਾਂ ਗੱਲਾਂ ਕਰਨ ਨਾਲ ਤੇ ਗਾਣੇ ਸੁਣਨ ਨਾਲ ਬਹੁਤ ਵੱਡਾ ਹੋ ਜਾਂਦਾ ਹੈ ਪਰਿਵਾਰ ਦੀ ਦਿਲਚਸਪੀ ਤਾਂ ਵੱਧ ਹੀ ਗਈ ਸੀ ਨਾਲ ਹੀ ਤਰਲੋਚਨ ਮਾਲੀ ਵੀ ਕਦੇ ਛੁੱਟੀ ਨਹੀਂ ਸੀ ਕਰਦਾ ਜੇ ਉਹ ਛੁੱਟੀ ਕਰਦਾ ਤਾਂ ਉਸ ਦੀ ਥਾਂ ਉਹ ਆਪਣੇ ਆਪ ਹੀ ਘੜੀ ਤੋਂ ਘੜੀ ਸਵੇਰੇ ਵੀ ਆਉਣ ਲੱਗ ਪਿਆ ਸੀ ਕਦੇ ਗੋਡੀ ਕਰ ਰਿਹਾ ਹੁੰਦਾ ਕਦੇ ਕਟਾਈ ਚੰਗਾਈ ਕਿਤੇ ਬੀਜ ਬੋ ਰਿਹਾ ਤੇ ਕਿਤੇ ਪਨੀਰੀ ਤਿਆਰ ਕਰ ਰਿਹਾ ਹੈ ਹੁਣ ਤਾਂ ਉਹ ਇੰਜ ਦਿਲ ਲਾ ਕੇ ਕੰਮ ਕਰਦਾ ਕਿ ਕਈ ਵਾਰ ਤਾਂ ਪਰਿਵਾਰ ਨੂੰ ਇਤਬਾਰ ਤੱਕ ਨਾ ਆਉਂਦਾ ਪਿਓ ਉਹੀ ਤੇਰਲੋਚਨ ਮਾਲੀ ਹੈ ਜਿਸ ਉਤੇ ਉਹਦੇ ਕੰਮ ਨਾ ਕਰਨ ਤੇ ਪੂਰਾ ਪਰਿਵਾਰ ਖੱਪਦਾ ਸੀ ਤੇ ਰੋਜ਼ ਕਰੇਜਦਾ ਰਹਿੰਦਾ ਸੀ ਸਾਹਿਬ ਇਸ ਵਾਰ ਤਾਂ ਸਾਡੇ ਲਾਂਨ ਵਿੱਚ ਬਹੁਤ ਵਧੀਆ ਫੁੱਲ ਤੇ ਸਬਜ਼ੀਆਂ ਉੱਗੀਆਂ ਨੇ ਹਾਂ ਤੇਰਲੋਚਨ ਦੇਖ ਰਿਹਾ ਮੈਂ ਇਹ ਤੇਰੀ ਸਭ ਮਿਹਨਤ ਦਾ ਹੀ ਨਤੀਜਾ ਹੈ ਨਹੀਂ ਸਾਹਿਬ ਜੀ ਨਹੀਂ ਦੇਖ ਤੇਰਲੋਚਨ ਉਹ ਸਬਜ਼ੀਆਂ ਅਤੇ ਫੁੱਲਾਂ ਦੀਆਂ ਕਿਆਰੀਆਂ ਜਿਨ੍ਹਾਂ ਵੱਲ ਤੱਕਣ ਨੂੰ ਜੀ ਨਹੀਂ ਸੀ ਕਰਦਾ ਹੁਣ ਇਨ੍ਹਾਂ ਤੋਂ ਨਜ਼ਰ ਹੀ ਨਹੀਂ हटਦੀ ਉਸ ਸਾਲ ਛੱਤ ਉਤਲੇ ਇਸ ਬਗੀਚੇ ਨੂੰ ਕਲੋਨੀ ਵਿੱਚ ਸਭ ਤੋਂ ਵਧੀਆ ਬਗੀਚਾ ਕਿਹਾ ਜਾਣ ਲੱਗਿਆ ਸਾਹਿਬ ਸਾਡੇ ਮਾਲੇ ਵਿੱਚ ਵਧੀਆ ਬਗੀਚੀ ਲਈ ਨਾਮ ਵੀ ਕੱਢਿਆ ਜਾਣਾ ਹੈ ਅੱਛਾ ਆਪਾਂ ਵੀ ਤਰਲੋਚਨ ਉਸ ਵਿੱਚ ਭਾਗ ਲਾਵਾਂਗੇ ਦੇਖ ਲੈਣਾ ਸਾਹਿਬ ਜੀ ਸਾਡੀ ਬਗੀਚੀ ਨੂੰ ਹੀ ਸਭ ਤੋਂ ਵਧੀਆ ਬਗੀਚੀ ਦਾ ਇਨਾਮ ਮਿਲੇਗਾ ਪੂਰੇ ਸਾਲ ਛਮਾਹੀ ਤੋਂ ਸਾਰੀ ਕਲੋਨੀ ਵਿੱਚ ਇਸ ਛੱਤ ਵਾਲੀ ਬਗੀਚੀ ਦੀ ਹੀ ਚਰਚਾ ਸੀ ਜਦੋਂ ਪ੍ਰਤੀਯੋਗਤਾ ਹੋਈ ਤਾਂ ਇਸ ਬਗੀਚੀ ਨੂੰ ਸਭ ਤੋਂ ਵਧੀਆ ਬਗੀਚੀ ਦਾ ਇਨਾਮ ਮਿਲਿਆ ਤੇ ਤਿਰਲੋਚਨ ਇਹ ਇਨਾਮ ਪ੍ਰਾਪਤ ਕਰਕੇ ਬਹੁਤ ਹੀ ਜ਼ਿਆਦਾ ਖੁਸ਼ ਸੀ ਹੁਣ ਤਿਰਲੋਚਨ ਬਗੀਚੀ ਵਿੱਚ ਵਾਧੂ ਪੌਦੇ ਫੁੱਲ ਤੇ ਬੀਜ ਤਿਆਰ ਕਰਨ ਲੱਗਾ ਅਤੇ ਹੁਣ ਉਹ ਆਪਣਾ ਸਾਰਾ ਸਮਾਂ ਬਗੀਚੀ ਨੂੰ ਹੀ ਦਿੰਦਾ ਸੀ ਸਾਹਿਬ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਬਗੀਚੀ ਦੇ ਵਾਧੂ ਫੁੱਲ ਮੰਡੀ ਵਿੱਚ ਵੇਚ ਆਵਾਂ ਇਸ ਨਾਲ ਮੇਰੀ ਤਨਖਾਹ ਦਾ ਬੋਝ ਵੀ ਤੁਹਾਡੇ ਤੇ ਨਹੀਂ ਪਵੇਗਾ ਹਾਂ ਤੇ ਲੋਚਨ ਜਿਵੇਂ ਤੈਨੂੰ ਠੀਕ ਲੱਗੇ ਤੇਰੀ ਹੀ ਤਾਂ ਬਗੀਚੀ ਏ ਤੇਰੀ ਇੰਨੀ ਵੱਡੀ ਸੋਚ ਨੇ ਮੇਰਾ ਸੀਨਾ ਚੌੜਾ ਕਰ ਦਿੱਤਾ ਏ ਤੇਰਾ ਕਦ ਮੇਰੀ ਨਜ਼ਰਾਂ ਵਿੱਚ ਬਹੁਤ ਵੱਡਾ ਹੋ ਗਿਆ ਏ